ਤੇ ਜਾਂਦੀ ਆਸ਼ਾ ਵਰਕਰ ਨੂੰ ਕੁਚਲ ਗਈ ਸਵਿਫਟ। ਐਸਐਸਐਫ ਦੀ ਟੀਮ ਨੇ ਪਿੱਛਾ ਕਰਕੇ ਚਾਲਕ ਨੂੰ ਕੀਤਾ ਕਾਬੂ। ਤਾਂ ਦੱਸ ਦੇ ਕਿ ਇੱਕ ਸਵਿਫਟ ਤੇਜ਼ ਰਫ਼ਤਾਰ ਹੁੰਦੀ ਹੈ ਤੇ ਉਸਦੇ ਵੱਲੋਂ 50 ਸਾਲ ਦੀ ਇੱਕ ਆਸ਼ਾ ਵਰਕਰ ਨੂੰ ਭਿਆਨਕ ਟੱਕਰ ਮਾਰੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਦਕਿ ਮੌਕੇ ਤੇ ਇਸ ਮਹਿਲਾ ਦੀ ਮੌਤ ਹੋ ਜਾਂਦੀ ਹੈ। ਜਦਕਿ ਇਸ ਸੰਬੰਧੀ ਸੂਚਨਾ ਜਦੋਂ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਗਈ ਤਾਂ ਉਹਨਾਂ ਦੇ ਵੱਲੋਂ ਇਸ ਕਾਰ ਚਾਲਕ ਦਾ ਪਿੱਛਾ ਕੀਤਾ ਗਿਆ ਤੇ ਅੱਗੇ ਜਾ ਕੇ ਇਸ ਨੂੰ ਕਾਬੂ ਕਰ ਲਿਆ ਜਾਂਦਾ। ਤੇ ਦੱਸ ਦੇ ਕਿ ਇਹ ਤੇਜ਼ ਰਫ਼ਤਾਰ ਗੱਡੀ ਅੱਗੇ ਜਾ ਕੇ ਇੱਕ ਪੇੜ ਦੇ ਵਿੱਚ ਜਾ ਵੱਜਦੀ ਹੈ, ਜਿਸ ਤੋਂ ਬਾਅਦ ਐਸਐਸਐਫ ਦੀ ਟੀਮ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਦਾ ਹੈ। ਤਾਂ ਇਹ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਹਾਦਸੇ ਤੋਂ ਬਾਅਦ ਐਸਐਸਐਫ ਦੀ ਟੀਮ ਦੇ ਵੱਲੋਂ ਉਸ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਤਾਂ ਇਸ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ। ਤਾਂ ਪੂਰਾ ਮਾਮਲਾ ਇਹ ਮੋਗਾ ਤੋਂ ਸਾਹਮਣੇ ਆਇਆ, ਜਿੱਥੇ 50 ਸਾਲ ਦੀ ਇਹ ਆਸ਼ਾ ਵਰਕਰ ਸੀ ਤਾਂ ਜਦ ਜਾ ਰਹੀ ਹੁੰਦੀ ਹੈ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਸਵਿਫਟ ਇਸ ਨੂੰ ਦਰੜਦੀ ਹੋਈ ਅੱਗੇ ਭੱਜ ਜਾਂਦੀ ਹੈ। ਤਾਂ ਇਸ ਸੰਬੰਧੀ ਸੂਚਨਾ ਜਦ ਸੜਕ ਸੁਰੱਖਿਆ ਫੋਰਸ ਨੂੰ ਲੱਗਦੀ ਹੈ ਤਾਂ ਉਹਨਾਂ ਦੇ ਵੱਲੋਂ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਫਿਰ ਅੱਗੇ ਜਾ ਕੇ ਇਹ ਤੇਜ਼ ਰਫ਼ਤਾਰ ਗੱਡੀ ਇੱਕ ਦਰਖਤ 'ਚ ਜਾ ਵੱਜਦੀ ਹੈ, ਜਿਸ ਤੋਂ ਬਾਅਦ ਇਸ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਪਰ ਇਸ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੱਡੀ ਤੇਜ਼ ਕਰਕੇ ਫਰਾਰ ਹੋ ਗਿਆ। ਗੱਡੀ ਤੇਜ਼ ਕਰਕੇ ਮਾਰੀ ਸਾਈਡ, ਉਹਨਾਂ ਸੱਟ ਕੇ ਚਲੇ ਗਏ। ਮੌਕੇ ਦੇ ਨਹੀਂ ਹਸਪਤਾਲ ਜਾਂਦੇ ਹੀ ਰਸਤੇ ਹੀ ਹੋ ਜਾਣੀ। ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ? ਕੀ ਮੰਗ ਕਰਦੇ ਹੋ ਸਰਕਾਰ ਤੋਂ? ਕੀ ਕਹਿੰਦੇ ਸਾਨੂੰ ਸਾਡਾ ਪੂਰਾ ਇਨਸਾਫ ਦਿੱਤਾ, ਸਾਡਾ ਇਨਸਾਫ ਪੂਰਾ ਹੋਣਾ। ਰੁਕਣ ਲੱਗੇ ਬਸ, ਤਾਰਾ ਉਹੀ ਲੱਗੇ ਹੋਰ ਕੀ, ਤਾਰਾ ਨਾਲ ਲੱਗੇ। ਉਹਦੇ ਪਿਓ ਨੇ ਮੁੰਡਾ ਆਪੇ ਆਇਆ ਜੀ ਨਾਲੇ, ਨਸ਼ਾ ਨੁਸ਼ਾ ਕੀਤਾ ਲੱਗਦਾ ਜਦੋਂ ਕੋਈ ਰਸਤੇ ਦੇ ਵਿੱਚ ਹੀ ਦੋ ਤਿੰਨ ਬੰਦੇ ਨੂੰ ਫੱਟੜ ਕਰਕੇ ਗਿਆ ਜੀ। ਕਾਫੀ ਲੰਬਾ ਇਹ ਸਵਿਫਟ ਗੱਡੀ ਸੀਗੀ ਜੀ, ਦੌਲੇ ਵਾਲ ਪਿੰਡ ਤੋਂ ਐਕਸੀਡੈਂਟ ਕੀਤਾ ਉਹਨਾਂ ਨੇ। ਇਹ ਸੜਕ ਕ੍ਰੋਸ ਕਰ ਰਹੇ ਸੀਗੇ ਬੀਬੇ ਕੋਈ, ਉਹਨਾਂ ਦਾ ਨਾਂ ਸ਼ਾਇਦ ਅਵਿਨਾਸ਼ ਰਾਣੀ ਸੀ, ਅਤੇ ਉਹਨਾਂ ਦੇ ਸਿਰ ਤੋਂ ਦੀ ਗੱਡੀ ਟਪਾਈ ਅਤੇ ਉਹਨਾਂ ਦੇ ਮੌਕੇ ਦੀ ਡੈਥ ਹੋ ਗਈ। ਸਾਨੂੰ ਵਾਇਰਲੈਸ ਤੋਂ ਰਿਪੋਰਟ ਮਿਲੀ ਅਤੇ ਵੀ ਕਹਿੰਦੇ ਵੀ ਗੱਡੀ ਰਾਊਂਡ ਅਪ ਕਰਨੀ ਹੈ। ਲੋਹਾਰਾ ਚੌਂਕ ਤੋਂ ਅਸੀਂ ਗੱਡੀ ਦੇ ਪਿੱਛੇ ਲੱਗੇ, ਕੋਟੀ ਸਿਖਾਂ ਤੋਂ ਲੋਹਾਰਾ ਚੌਂਕ ਜਦੋਂ ਗੱਡੀ ਆਈ ਉਹ ਅਸੀਂ ਪਿੱਛੇ ਲੱਗੇ ਗੱਡੀ ਦੇ। ਗੱਡੀ ਸ਼ਹਿਰ 'ਚੋਂ ਘੁੰਮਾਉਂਦੇ ਹੋਏ, ਸਬਜ਼ੀ ਮੰਡੀ ਘੁੰਮਾਉਂਦੇ ਹੋਏ ਉਹਨਾਂ ਨੇ ਜੀਰਾ ਰੋਡ ਪਾ ਲਈ, ਸਵਿਫਟ ਗੱਡੀ ਸੀ, ਉਹਨਾਂ ਨੇ ਜੀਰਾ ਰੋਡ ਪਾ ਲਈ ਅਤੇ ਜਦੋਂ ਅਸੀਂ ਪਿੱਛੇ ਗਏ ਜੀਰਾ ਰੋਡ 'ਤੇ ਫੈਕਟਰੀ ਆ, ਉੱਥੇ ਫੀਡ ਫੈਕਟਰੀ ਹੈ ਉੱਥੇ ਨੇੜੇ, ਅਸੀਂ ਉਹਨਾਂ ਨੂੰ ਮਤਲਬ ਕਿ ਫੜ ਲਿਆ ਉਹਨਾਂ ਨੂੰ ਅਤੇ ਉਹਨਾਂ ਦੀ ਗੱਡੀ ਜਾ ਕੇ ਦਰਖਤ 'ਚ ਲੱਗ ਗਈ, ਚਿੱਕੜ ਕਰਕੇ ਦਰਖਤ 'ਚ ਲੱਗੀ ਅਤੇ ਪਿੱਛੇ ਗੱਡੀ ਸਾਡੀ ਸੀਗੀ, ਉਹਨਾਂ ਨੂੰ ਅਸੀਂ ਫੜਿਆ ਉੱਥੋਂ ਅਤੇ ਗੱਡੀ ਦਾ ਥੋੜ੍ਹਾ ਮੋਟਾ ਸਾਡਾ ਵੀ ਨੁਕਸਾਨ ਹੋਇਆ ਅਤੇ ਉਹਨਾਂ ਨੂੰ ਵੀ ਫੜ ਕੇ ਥਾਣਾ ਸਿਟੀ ਵਨ 'ਚ ਲਿਆਂਦਾ, ਥਾਣਾ ਸਿਟੀ ਵਨ 'ਚ ਲਿਆਂਦਾ ਅਤੇ ਉਹਨਾਂ ਦਾ ਰਾਪਟ ਪਾਈ ਉਹਨਾਂ ਨੇ ਗਾਹਾਂ। ਉਹਨਾਂ ਦਾ ਨਾਂ ਸੀਗਾ ਮੁੰਡੇ ਦਾ ਸਾਜਨਪ੍ਰੀਤ ਸਿੰਘ ਸੀਗਾ, ਹਾਂਜੀ ਉਹਦਾ ਨਾਂ ਸਾਜਨਪ੍ਰੀਤ ਸਿੰਘ, ਸਰਵਣ ਸਿੰਘ ਦਾ, ਸਨ ਆਫ ਸਰਵਣ ਸਿੰਘ, ਤਲਵੰਡੀ ਭਾਈ ਦੇ ਨੇੜੇ ਨੂਰਪੁਰ ਪਿੰਡ ਹੈ, ਉੱਥੋਂ ਦਾ ਵਸਨੀਕ ਸੀਗਾ ਉਹ। ਅਤੇ ਉਹਨਾਂ ਨੂੰ ਦੌਲੇਵਾਲ ਚੌਂਕੀ ਵਿੱਚ ਲੈ ਗਏ, ਉੱਥੇ ਉਹ ਚੌਂਕੀ ਲੱਗਦੀ ਸੀ ਉੱਥੇ ਲੈ ਕੇ ਅਗਲੀ ਕਾਰਵਾਈ ਲਈ। ਜਿਹੜੀ ਲੇਡੀ ਨਾਲ ਐਕਸੀਡੈਂਟ ਕੀਤਾ ਉਹਦੀ ਡੈਥ ਹੋ ਗਈ ਹੈ? ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ ਜੀ। ਹਾਂਜੀ ਲੇਡੀ ਇੱਕ ਹੀ ਸੀਗੀ, ਅਵਿਨਾਸ਼ ਰਾਣੀ ਉਹਨਾਂ ਦਾ ਨਾਂ ਸੀ, ਵਾਈਫ ਆਫ ਬਖਸ਼ੀਸ਼ ਸਿੰਘ, ਅਮਰ ਸਿੰਘ ਬਸਤੀ ਦੌਲੇਵਾਲ ਦੇ ਰਹਿਣ ਵਾਲੇ ਸੀ ਜੀ। ਉਹ ਜਦੋਂ ਉਹਨਾਂ ਦੀ ਗੱਡੀ ਸਵਿਫਟ ਗੱਡੀ ਜਦੋਂ ਦਰਖਤ 'ਚ ਵੱਜੀ,
ਉਹ ਡਰ ਡਰ ਲਾ ਲਓ ਚਾਹੇ ਫੜਿਆ ਜਾਣ ਦਾ ਡਰ, ਉਹ ਗੱਡੀ ਛੱਡ ਕੇ ਭੱਜ ਗਿਆ ਆਪਦੀ, ਅਤੇ ਭੱਜਿਆ ਪਿੱਛੇ ਅਸੀਂ ਭੱਜੇ ਉਹਦੇ, ਅਤੇ ਉਹ ਚਿੱਕੜ ਵਿੱਚ ਸੀਗਾ, ਮੀਂਹ ਕਰਕੇ ਚਿੱਕੜ ਸੀਗਾ, ਅਤੇ ਚਿੱਕੜ ਵਿੱਚ ਹੀ ਅਸੀਂ ਭੱਜੇ ਅਤੇ ਗਾਹਾਂ ਜਾ ਕੇ ਫੜਿਆ ਜਦੋਂ, ਇਸ ਕਰਕੇ ਬਸ ਚਿੱਕੜ ਕਰਕੇ ਹੋ ਗਿਆ ਜੀ ਭੱਜਣ 'ਚ ਕਾਮਯਾਬ ਨਹੀਂ, ਉਹ ਨਹੀਂ ਫੜ ਲਿਆ ਸੀਗਾ ਜੀ ਅਸੀਂ, ਕਾਫੀ ਚਿੱਕੜ ਸੀਗਾ, 100 ਕੁ ਮੀਟਰ ਭੱਜਿਆ ਅਤੇ 100 ਕੁ ਮੀਟਰ ਤੱਕ ਫੜ ਲਿਆ ਸੀ। ਤੁਹਾਡੀ ਵੀ ਗੱਡੀ ਦਾ ਨੁਕਸਾਨ ਹੋਇਆ? ਸਾਡੀ ਵੀ ਗੱਡੀ ਦਾ ਨੁਕਸਾਨ ਹੋਇਆ, ਮੂਹਰਲੀ ਹੈੱਡਲਾਈਟ ਟੁੱਟ ਗਈ ਵੀ ਹਾਈਲੈਕਸ ਦਾ, ਅਤੇ ਉਹ ਫਿਰ ਹਾਂਜੀ ਇਹ ਜੀ ਆਪਣੇ ਆਸ਼ਕਾ ਵਾਸ਼ਾ ਵਰਗ 'ਚ ਕੰਮ ਕਰਦੇ ਜੀ ਇਹ, ਅਤੇ ਆਪਦਾ ਕੰਮ ਨਿਪਟਾ ਕੇ ਅਤੇ ਸਾਈਡ 'ਤੇ ਖੜ੍ਹੇ ਸੀ, ਸਾਈਡ ਕ੍ਰੋਸ ਕਰ ਲਿਆ ਸੀ ਵੈਸੇ ਰੋਡ, ਸਾਈਡ 'ਤੇ ਖੜ੍ਹੀ ਉੱਧਰੋਂ ਡਿੱਕ ਡੋਲੇ ਗੱਡੀ ਆਈ ਇੱਧਰੋਂ ਮਖੂ ਵਾਲੀ ਸਾਈਡ ਤੋਂ, ਡਿੱਕ ਡੋਲੇ ਗੱਡੀ ਪਤਾ ਨਹੀਂ ਮੁੰਡੇ ਨੇ ਕੋਈ ਨਸ਼ਾ ਕੀਤਾ ਜਾਂ ਕੀ ਕੀਤਾ, ਨਾਬਾਲਗ ਮੁੰਡਾ, ਉਹਨੇ ਲਿਆ ਕੇ ਉਹਦੇ ਵਿੱਚ ਗੱਡੀ ਮਾਰੀ, ਉੱਤੋਂ ਸਿਰ 'ਤੇ ਗੱਡੀ ਲੰਘੀ ਟਾਇਰ, ਔਨ ਦਾ ਸਪੋਰਟ ਹੀ ਡੈਥ ਹੋ ਗਈ ਉਹਦੀ, ਮੁੜ ਕੇ ਗੱਡੀ ਭਜਾਤੀ ਇਹਨੇ, ਗੱਡੀ ਭਜਾਤੀ, ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ, ਜਸਮੀਤ ਸਿੰਘ ਨੂੰ ਪਤਾ ਲੱਗਾ ਵੀ ਇਹ ਭਾਟੀਆ ਡਾਕਟਰ ਦਾ ਭਤੀਜਾ ਹੈ, ਮੁੰਡਾ ਤਲਵੰਡੀ ਭਾਈ ਦਾ ਰਹਿੰਦੇ, ਤਲਵੰਡੀ ਭਾਈ ਦਾ ਪਤਾ ਲੱਗਾ ਵੀ ਭਾਟੀਆ ਡਾਕਟਰ ਦਾ ਭਤੀਜਾ ਹੈ, ਇਹ ਉਹਦੇ ਕੋਲ ਭੱਜ ਕੇ ਗਿਆ ਵੀ ਤੁਹਾਡਾ ਮੁੰਡਾ ਮੇਰੀ ਮੰਮੀ ਦੀ ਡੈਥ ਕਰਕੇ ਭੱਜ ਆਇਆ, ਉਹ ਅੱਗੋਂ ਉਹਦੀ ਵੈਲਡਿੰਗ ਪਤਾ ਕੀ ਸੀ, ਉਹਦੀ ਵੈਲਡਿੰਗ ਇਹ ਸੀ ਜਵਾਕ ਆ ਰਿਹਾ ਤੁਹਾਨੂੰ ਨਹੀਂ ਪਤਾ ਲੱਗਾ, ਹੁਣ ਦੱਸ ਕਿ ਉਹਦੇ ਮੁੰਡੇ ਨੇ ਗੱਡੀ ਭਜਾਈ ਜੀ, ਕੋਟ ਈਸੇਖਾਂ ਤੋਂ ਗੱਡੀ ਭਜਾਤੀ ਉਹਨੇ ਚੀਮਾ ਰੋਡ ਨੂੰ, ਚੀਮਾ ਰੋਡ ਦੀ ਪਤਾ ਨਹੀਂ ਜਲਾਲਾਬਾਦ ਕਿੱਧਰ ਦੀ ਹੁੰਦਾ ਹੋਇਆ, ਲੁਹਾਰਾ ਚੌਂਕ, ਲੁਹਾਰੇ ਚੌਂਕ ਤੋਂ ਨਹਿਰੇ ਨਹਿਰ ਜਿਹੜੀ ਮੋਗੇ ਨੂੰ ਜਾਂਦੀ ਨਹਿਰ ਸੜਕ, ਉਹਦੋਂ ਹੁੰਦਾ ਮੰਡੀ ਦੇ ਵਿੱਚ, ਮਗਰ ਐੱਸ ਐੱਸ ਐੱਫ ਦੀ ਗੱਡੀ ਸੀ ਆਪਣੀ ਸੜਕ ਸੁਰੱਖਿਆ ਫੋਰਸ ਦੀ ਗੱਡੀ, ਉਹ ਗੱਡੀ ਜਦੋਂ ਉੱਥੇ ਮਗਰ ਲੱਗੀ ਮੰਡੀ ਦੇ ਵਿੱਚ ਗਿਆ ਸੀ ਵੀ ਕੁਦਰਤੀ ਉਹਦੇ ਚਲੇ ਗਿਆ, ਮੈਂ ਵੀ ਚਲਾ ਗਿਆ ਆਪਦੀ ਗੱਡੀ ਚੱਕੀ, ਮੈਂ ਚਲਾ ਗਿਆ ਜਦੋਂ ਚੱਕਿਆ ਤਾਂ ਜਿੱਥੇ ਉਹ ਰੇਹੜੀਆਂ ਨਹੀਂ ਆਪਣੀਆਂ ਸਬਜ਼ੀ ਵਾਲੀਆਂ, ਉੱਥੇ ਗੱਡੀ ਸਾਨੂੰ ਜਦੋਂ ਵੇਖਿਆ ਸੀ ਪੀ ਵੀ 239-00433 ਸੀ ਆਹ ਗੱਡੀ, ਉਹ ਜਾਂਦੀ ਹੈ ਦਵਾ ਦਵਾ ਗੱਡੀ ਮੂਹਰੇ, ਉਹ ਲਾਈ ਉਹਨੇ ਇੱਥੋਂ ਗੱਡੀ ਮੰਡੀ 'ਚ ਕੱਢੀ, ਜੀਰਾ ਰੋਡ 'ਤੇ ਪਾ ਲਈ, ਜੀਰਾ ਰੋਡ 'ਤੇ ਪਾ ਕੇ ਮਗਰ ਐੱਸ ਐੱਸ ਐੱਫ ਦੀ ਗੱਡੀ, ਮਗਰ ਮੇਰੀ ਗੱਡੀ ਜਿੱਥੇ ਹੈਗੀ ਜੀ ਫੈਕਟਰੀ ਆਪਣੀ ਮਸਾਲਾ ਫੈਕਟਰੀ ਦੇ ਉਰਲੇ ਆਪਣੇ ਕੰਡਾ, ਉੱਥੇ ਗੱਡੀ ਉਹਦੇ ਉੱਥੇ ਉਹਦੀ ਗੱਡੀ ਨਾ ਡਾਵਾਂਡੋਲ ਹੋ ਗਈ ਅਤੇ ਦਰਖਤ ਦੇ ਨਾਲ ਟਕਰਾ ਗਈ, ਉੱਥੋਂ ਵੀ ਭੱਜ ਗਿਆ ਉੱਤਰ ਕੇ, ਅਤੇ ਮਸਾਂ ਅਸੀਂ ਹਿੰਮਤ ਕਰਕੇ ਐੱਸ ਐੱਸ ਐੱਫ ਦੀ ਫੋਰਸ ਨਾਲ, ਅਤੇ ਮੈਂ ਆਪਦੀ ਕੋਸ਼ਿਸ਼ ਕਰਕੇ ਮੁੰਡਾ ਫੜਿਆ, ਫਿਰ ਮੈਂ ਮੁੰਡਾ ਲਿਆ ਕੇ ਇਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਮੁੰਡਾ ਫੜ ਲਿਆ, ਗੱਡੀ ਫੜ ਲਈ, ਇਹਦਾ ਹਿੱਟ ਐਂਡ ਰਨ ਦਾ ਕਾਨੂੰਨ ਬਣਦਾ ਜੀ, ਠੋਕ ਕੇ ਕਾਨੂੰਨ ਲਾਓ, ਉਹ ਹੀ ਵਿਚਾਰੀ ਘਰ ਚਲਾਉਂਦੀ ਸੀ, ਉਹਦੇ ਦੀ ਰੋਟੀ ਦਾ ਗੁਜ਼ਾਰਾ ਇਹਨਾਂ ਦਾ ਹੁੰਦਾ ਸੀ, ਹੋਰ ਇਹਨਾਂ ਕੋਈ ਨਹੀਂ ਬੰਦਾ ਮਰੀਜ਼, ਇਹਨਾਂ ਦੀ ਦਵਾਈ ਬੂਟੀ ਸਾਰੀ ਉਹਨਾਂ ਦੇ ਸਿਰ ਵਿੱਚ ਚੱਲਦੀ ਸੀ, ਹੋਰ ਕਿਤੋਂ ਨਹੀਂ ਚੱਲਦੀ ਸੀ, ਬਈ ਠੋਕ ਕੇ ਕਾਨੂੰਨੀ ਕਾਰਵਾਈ ਨੇ, ਸਰਕਾਰ ਤੋਂ ਮੰਗ ਕਰਦੇ ਵੀ ਉਹਨਾਂ ਦੇ ਬੇਟੇ ਨੂੰ ਕੋਈ ਵਧੀਆ ਜੀ ਨੌਕਰੀ ਦਿੱਤੀ ਜਾਵੇ ਅਤੇ ਉਹਨਾਂ ਦਾ ਸਿਹਤ ਸੁਰੱਖਿਆ ਦਾ ਖਿਆਲ ਰੱਖਿਆ ਜਾਵੇ ਪਰਿਵਾਰ ਵਾਸਤੇ ਜੀ, ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਜੀ, ਹੁਣ ਉਹ ਜਿਹੜੀ ਉਹਨਾਂ ਦਾ ਖਾਣ ਦਾ ਹੀ ਢੰਗ ਸੀ ਕਮਾਉਣ ਦਾ ਉਹ ਤਾਂ ਗਿਆ ਚਲਾ ਜੀ, ਉਹਦੇ ਵਧੀਆ ਜਿਹਾ ਬੇਟੇ ਨੂੰ ਉਹਦੀ ਨੌਕਰੀ ਦਿੱਤੀ ਜਾਵੇ, ਉਹਨਾਂ ਨੂੰ ਇਨਸਾਫ ਮਿਲੇ, ਸਹੀ ਇਨਸਾਫ ਚਾਹੁੰਦੇ ਆ, ਤੇਜ਼ ਰਫ਼ਤਾਰ ਡਿੱਕ ਡੋਲੇ ਗੱਡੀ ਖਾਂਦੀ ਤਲਵੰਡੀ ਭਾਈ ਤੋਂ ਦੌਲੇ ਵਾਲੇ ਕੀ ਲੈਣ ਆਇਆ ਜੀ ਉਹ ਮੁੰਡਾ, ਸਾਨੂੰ ਪਤਾ ਲੱਗਣਾ ਚਾਹੀਦਾ ਜੀ ਕੀ ਲੈਣ ਆਇਆ, ਉਹ ਨਸ਼ਈ ਮੁੰਡਾ, ਨਾਬਾਲਗ ਮੁੰਡਾ, ਲਾਇਸੈਂਸ ਉਹਦਾ ਨਹੀਂ, ਇਹਦਾ ਉਹਦੇ ਪਿਓ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ, ਉਹਦੇ 'ਤੇ ਵੀ ਨਾਲ ਧਾਰਾ ਲੱਗੇ ਵੀ ਨਾਬਾਲਗ ਬੱਚੇ ਨੂੰ ਗੱਡੀ ਫੜਾਈ ਅਤੇ ਕਿਵੇਂ ਫੜਾਈ, ਬੱਚੇ ਦਾ ਲਾਇਸੈਂਸ ਵੀ ਨਹੀਂ ਗਾ, ਹਾਂ ਹੋਰ ਵੀ ਰਸਤੇ 'ਚ ਪਤਾ ਨਹੀਂ ਇੱਕ ਦੋ ਬੰਦੇ ਨੇ ਸੱਟੇ, ਸਾਨੂੰ ਖਬਰਾਂ ਆਉਂਦੀਆਂ ਪਈਆਂ, ਹੌਲੀ ਹੌਲੀ ਪਤਾ ਲੱਗ ਜੂਗਾ ਉਹ ਵੀ ਨਸ਼ਾ ਕਰਾਂਗੇ ਵੀ ਫਲਾਨੇ ਬੰਦੇ ਦੀ ਇਹਨੇ ਬਾਂਹ ਟੁੱਟੀ ਜਾਂ ਗੱਡੀ 'ਚ ਕੋਈ ਹੋਰ ਹੀ ਵੱਜਿਆ ਜੀ, ਸਾਨੂੰ ਇਨਸਾਫ ਪੂਰਾ ਚਾਹੀਦਾ ਵੀਰੇ, ਅਤੇ ਇੱਕ ਉਹਦੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ, ਇੱਕ ਬੰਦਾ ਮੁਆਵਜ਼ਾ ਦਿੱਤਾ ਜਾਵੇ, ਇੱਕ ਉਹਦੇ ਇਨਸਾਫ ਦਿੱਤਾ ਜਾਵੇ, ਇੱਕ ਉਹਦੇ ਸਖਤ ਤੋਂ ਸਖਤ ਕਾਰਵਾਈ ਹੋਵੇ, ਹਿੱਟ ਐਂਡ ਰਨ ਦਾ ਕਾਨੂੰਨ ਸਾਨੂੰ ਲੱਗਣਾ ਚਾਹੀਦਾ ਜੀ ਜੋ ਬਣਿਆ, ਅਤੇ ਉਹਦੇ ਬੱਚੇ ਨੂੰ ਨੌਕਰੀ ਮਿਲੇ, ਉਹਨੂੰ ਸਹਾਇਤਾ ਮਿਲੇ, ਅਤੇ ਇਹਦੇ 'ਤੇ ਕਾਨੂੰਨੀ ਕਾਰਵਾਈ ਸਖਤ ਤੋਂ ਇਨਸਾਫ 'ਚ ਹੋਣੀ ਜੀ। ਇਹ ਲੇਡੀ ਅਵਿਨਾਸ਼ ਰਾਣੀ ਸੀ, ਆਸ਼ਾ ਵਰਕਰ, ਔਰ ਇਹ ਆਪਣੀ ਮੀਟਿੰਗ ਅਟੈਂਡ ਕਰਕੇ ਕੋਟਸੇਗਾ ਤੋਂ ਆਪਣੇ ਪਿੰਡ ਆਈ ਸੀਗੀ, ਤਾਂ ਇਹ ਅਜੇ ਮੋਟਰਸਾਈਕਲ ਤੋਂ ਉਤਰੀ ਕੇ ਖੜ੍ਹੀ ਸੀਗੀ ਸਾਈਡ 'ਤੇ, ਅਤੇ ਜਦ ਨੂੰ ਇੱਕ ਜਿਹੜਾ ਹੈਗਾ ਵਾ ਕਾਰ ਚਾਲਕ ਮਖੂ ਸਾਈਡ ਤੋਂ ਆਇਆ, ਉਹਨੇ ਇਹਦੇ ਵਿੱਚ ਮਾਰੀ, ਅਤੇ ਇਹ ਲੇਡੀਜ਼ ਦੀ ਜਿਹੜੀ ਹੈਗੀ ਆ ਮੌਕੇ 'ਤੇ ਜਿਹੜੀ ਹੈਗੀ ਮੌਤ, ਰਸਤੇ 'ਚ ਜਾਂਦੇ ਮੌਤ ਹੋ ਗਈ ਸੀਗੀ,
ਤਾਂ ਇਹਨੂੰ ਉੱਥੇ ਸਿਵਲ ਹਸਪਤਾਲ ਮੋਗੇ ਦਾਖਲ ਕਰਾਤਾ ਵਾ ਅਤੇ ਜਿਹੜੀ ਲੇਡੀ ਹੈਗੀ ਆ ਆਪਣੀ ਲਾਸ਼ ਰਾਣੀ ਉਹਦੀ ਘਰ ਵਾਲੇ ਦੇ ਬਿਆਨ 'ਤੇ ਅਸੀਂ ਜਿਹੜਾ ਹੈਗਾ ਮੁਕੱਦਮਾ ਦਰਜ ਕਰ ਰਹੇ ਹਾਂ। ਉਹ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਅਗਲੀ ਤਫਤੀਸ਼ ਅਸੀਂ ਅਮਲ ਵਿੱਚ ਲਿਆਉਣੀ। ਮੁਕੱਦਮਾ ਦਰਜ ਕਰ ਰਹੇ ਹੋ ਸਰ? ਹਾਂਜੀ ਹਾਂਜੀ ਬਿਲਕੁਲ, ਬਿਆਨ ਲਿਖਿਆ ਹੁਣ। ਕਿੰਨੀ ਕੁ ਉਮਰ ਸੀ ਇਹ ਲੜੀ ਜਿਹੜੀ? 50 ਸਾਲ ਦੇ ਨੇੜੇ ਸੀ।